मेरा नंबर लेना, मेरे कोल आई फिर ऑपरेशन होगा, तो ले आया तो ही रहना मैं। मेरे नाल चलो तुसी ते तुसी दोनों जानी मेरे नाल चलो, मैं आपे करूं। इसे तरह की पेशेंट नूं इत्थे दिक्कत नहीं होनी चाहिए मेरी कुड़ियो, तुसी काम करना मैं आपां रल के सारे। ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌ ਚੁੱਕਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਰਕਤ ਵਿੱਚ ਆਈ ਹੈ। ਅੱਜ ਪਾਰਟੀ ਦੇ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਤਰ੍ਹਾਂ ਜਿੱਥੇ ਉਹਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਹਸਪਤਾਲ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੇਗੀ। ਅੱਜ ਉਹਨਾਂ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਸਟਾਫ ਦੀ ਘਾਟ ਹੈ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਦੌਰੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਮੇਨ ਪਾਵਰ ਜਿਹੜੀ ਆ ਇੱਥੇ ਸਟਾਫ ਦੀ ਵੀ ਕਮੀ ਆ ਲਗਾਤਾਰ, ਕੋਈ ਵੀ ਇਹ ਵੀ ਆਖਰ ਮਿਹਨਤੀ ਨੇ ਆਪਣੇ ਕੰਮ ਨੂੰ ਜਿੰਨਾ ਕੁ ਕਰ ਸਕਦੇ ਆ। ਹੁਣ ਇੰਨਾ ਲੋਡ ਵੀ ਆਪਾਂ 100 ਕਿਲੋ ਚੀਜ਼ ਚੱਕਣ ਵਾਲੀ ਦੇ ਉੱਤੇ 400 ਕਿਲੋ ਰੱਖ ਦਈਏ ਤਾਂ ਲੋਡ ਤਾਂ ਉਹ ਵੀ ਹੋ ਜਾਂਦਾ ਨਾ। ਫਿਰ ਆਪਾਂ ਇਹਨਾਂ ਦਾ ਵੀ ਸਮੱਸਿਆ ਹੱਲ ਕਰਨੀ ਆ। ਪੇਸ਼ੈਂਟ ਵੀ ਆਪਣੇ ਠੀਕ ਹੋਣੇ ਚਾਹੀਦੇ ਆ, ਕਿਉਂਕਿ ਇਹ ਵੀ ਗਰੀਬ ਆਦਮੀ ਨੇ, ਇਹਨਾਂ ਕੋਲ ਕਿਹੜਾ ਕੋਈ ਇੰਨਾ ਧਨ ਦੌਲਤ ਆ ਜਿਹੜੇ ਜਾ ਕੇ ਵਧੀਆ ਜਗ੍ਹਾ ਇਲਾਜ ਕਰਾ ਲੈਣ। ਇਹਨਾਂ ਦੀ ਵੀ ਸਮੱਸਿਆ ਹੱਲ ਕਰਨੀ ਆ, ਇੱਧਰੋਂ ਵੀ ਸਮੱਸਿਆ ਹੱਲ ਕਰਨੀ ਆ, ਕਿਉਂਕਿ ਇਹ ਪਿਛਲੀਆਂ ਜਿਹੜੀਆਂ ਰਾਜਨੀਤੀ ਪਾਰਟੀਆਂ ਸੀ ਇਹਨਾਂ ਦਾ ਫੈਲਾਇਆ ਹੋਇਆ ਇਹ ਗੰਦਗੀ ਦਾ ਜਾਲ ਆ, ਇਹਨੂੰ ਝਾੜੂ ਨਾਲ ਸਾਫ਼ ਕਰਨਾ ਪਊਗਾ। ਕਰ ਦਾਂਗੇ। 26 ਲੱਖ ਦੀ ਨਹੀਂ, 55 ਲੱਖ ਦੀ ਆਬਾਦੀ ਆ ਜੀ। ਹਾਂ, 55 ਲੱਖ ਦੀ ਆਬਾਦੀ ਆ। ਮੈਂ ਪਹਿਲਾਂ ਆਪਣੇ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਵਾ ਸਭ ਨਾਲੋਂ ਪਹਿਲਾਂ ਇਹ ਕੰਮ ਕਰਨ ਜਾ ਰਿਹਾ। ਜਿਹੜਾ ਪੁਰਾਣਾ ਕਪੂਰ ਦਾ ਹਸਪਤਾਲ 15 ਸਾਲ ਹੋ ਗਏ ਉਹਨੂੰ ਬੰਦ ਪਏ ਨੂੰ, ਉੱਥੇ PGI ਵਰਗਾ ਇੱਕ ਵੱਡਾ ਹੋਸਪਿਟਲ ਲੈ ਕੇ ਆ ਰਿਹਾ। ਨਹੀਂ ਮੇਰੀ, ਮੈਂ ਇੱਥੇ ਇਸੇ ਹਲਕੇ ਦਾ, ਮੈਂ ਕਿਹੜਾ ਪੁਲ ਤੋਂ ਪਾਰ ਆਇਆ ਪਹਿਲੇ ਵਿਧਾਇਕਾਂ ਤਰ੍ਹਾਂ, ਮੈਂ ਇੱਥੇ ਹੀ ਜੰਮਿਆ ਪਲਿਆ ਵਾਂ, ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਵਾਂ। ਹੁਣ ਇਹਨਾਂ ਗਰੀਬਾਂ ਨੇ ਮੈਨੂੰ ਇਸ ਹਲਕੇ ਦੀ ਸੇਵਾ ਦਿੱਤੀ ਆ, ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਹੁਣ। ਇਹ ਕੋਈ ਮੈਂ ਜਦੋਂ ਮੇਰਾ ਦਿਲ ਕਰੂੰ ਮੈਂ ਤਾਂ ਉੱਥੋਂ ਸਾਹਮਣੇ ਤੁਰ ਕੇ ਆਉਣਾ, ਸ਼ਾਹਪੁਰ ਰੋਡ ਤੋਂ ਇੱਥੇ ਆ ਜਾਣਾ। ਸ਼ਿਕਾਇਤ ਦੇ ਉੱਤੇ ਐਕਸ਼ਨ ਦਿੱਤਾ ਹੋਊਗਾ ਹਰ ਕੰਮ 'ਤੇ। ਜਿਹੜਾ ਬੰਦਾ ਕੋਈ ਆਪਣੀ ਡਿਊਟੀ ਦੀ ਅਣਗਹਿਲੀ ਕਰੂਗਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮਾਂ। ਸ਼ਿਕਾਇਤ ਜਾਇਜ਼ ਹੋਵੇ, ਸ਼ਿਕਾਇਤ ਇਹ ਨਹੀਂ ਵੀ ਆਪਾਂ ਕਿਸੇ ਦੇ ਉੱਤੇ ਐਵੇਂ ਕੋਈ ਵੱਟਾ ਮਾਰੀਏ, ਉਹ ਕੰਮ ਨਹੀਂ। ਜਾਇਜ਼ ਸ਼ਿਕਾਇਤ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹਨੂੰ ਮਿਲੂਗੀ ਸਜ਼ਾ। ਅੱਜ ਤੁਸੀਂ ਪਹਿਲੇ ਦਿਨ ਜਿਵੇਂ ਪਹੁੰਚੋ, ਕੀ ਕੋਈ ਕਮੀਆਂ ਨਜ਼ਰ ਆਈਆਂ ਨੇ? ਕਮੀਆਂ ਮੈਨੂੰ ਨਜ਼ਰ ਇਹੀ ਆਈਆਂ ਵੀ ਪਹਿਲੀਆਂ ਜਿਹੜੀਆਂ ਸਰਕਾਰਾਂ ਭੇਜੀਆਂ ਨੇ ਲੋਕਾਂ ਨੇ ਘਰ ਬਿਠਾਈਆਂ ਨੇ, ਉਹਨਾਂ ਲੋਕਾਂ ਨੇ ਇੱਥੇ ਕੋਈ ਸਹੂਲਤਾਂ ਉਹ ਨਹੀਂ ਦਿੱਤੀਆਂ ਹੋਈਆਂ ਜਿਹੜੀਆਂ ਡਾਕਟਰ ਅੱਗੇ ਜਾ ਕੇ ਡਿਲੀਵਰੀ ਦੇ ਸਕਣ ਉਹਨਾਂ ਨੂੰ। ਆਸ ਪਾਸ ਦੇ ਪਿੰਡਾਂ ਤੋਂ ਵੀ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ, ਕਿਉਂਕਿ ਲੁਧਿਆਣਾ ਇੱਕ ਮਹਾਨਗਰ ਹੈ, ਵੱਡੀ ਗਿਣਤੀ ਵਿੱਚ ਲੇਬਰ ਵੀ ਇੱਥੇ ਕੰਮ ਕਰਦੀ ਹੈ, ਕਿਤੇ ਨਾ ਕਿਤੇ ਦਿੱਕਤਾਂ ਪਰੇਸ਼ਾਨੀ ਆਉਂਦੀ ਕਿ ਹੋਰ ਆਸ ਪਾਸ ਦਾ ਇੰਤਜ਼ਾਮ ਜਾਂ ਸਹੂਲਤਾਂ ਜਿਹੜੀਆਂ ਨੇ ਪੂਰੀਆਂ? ਇਹ ਮੈਨੂੰ ਪਤਾ, ਜਦੋਂ ਲੁਧਿਆਣੇ ਦੀ ਆਬਾਦੀ 5 ਲੱਖ ਦੀ ਸੀਗੀ ਇਹ ਉਦੋਂ ਦਾ ਹੋਸਪਿਟਲ ਬਣਿਆ, ਅੱਜ 55 ਲੱਖ ਦੀ ਆਬਾਦੀ ਹੋ ਗਈ ਲੁਧਿਆਣੇ ਦੀ। ਇਸ ਕਰਕੇ ਨਵਾਂ ਹੋਸਪਿਟਲ ਜਿਹੜਾ 8.5 ਕਿੱਲੇ ਦੇ ਅੰਦਰ ਉੱਥੇ ਬਣਾਇਆ ਜਾਊਗਾ PGI ਵਰਗਾ, ਔਰ ਜਿਹੜੀਆਂ ਇੱਥੇ ਚੀਜ਼ਾਂ ਨੇ ਜ਼ਰੂਰਤ, ਚਾਹੇ ਜਿਹਦੀ ਚੀਜ਼ ਦੀ ਜ਼ਰੂਰਤ ਆ ਉਹ ਇੱਥੇ ਪੂਰੀ ਕੀਤੀ ਜਾਊ। ਮੁਫਤ ਇਲਾਜ ਦਾ ਵਾਅਦਾ ਕੀਤਾ ਗਿਆ ਸੀਗਾ ਕੇਜਰੀਵਾਲ ਸਾਹਿਬ ਵੱਲੋਂ, ਉਸ ਨੂੰ ਲੈ ਕੇ ਵੀ ਕੰਮ ਕਰਨੀ ਹੈ ਸਰਕਾਰ? ਬਿਲਕੁਲ ਬਿਲਕੁਲ, ਗਰੀਬ ਦੇ ਕੋਲ ਤਾਂ ਹੋਰ ਹੈ ਕੀ ਆ, ਗਰੀਬ ਕੋਲ ਇਹੀ ਆ ਵੀ ਮੇਰੀ ਜਦੋਂ ਮੈਂ ਕੋਈ ਬਿਮਾਰ ਹੋ ਜਾਵਾਂ ਮੇਰਾ ਇਲਾਜ ਵਧੀਆ ਹੋ ਜਾਵੇ, ਇਹ ਪਹਿਲ ਦੇ ਆਧਾਰ ਦੇ ਉੱਤੇ। ਮਹੀਨਾ ਹੋ ਗਿਆ ਇੱਥੇ ਚੱਕਰ ਕਰਦੇ, ਕਦੇ ਕਹਿੰਦੇ ਉੱਧਰ ਰਿਪੋਰਟ ਆ, ਕਦੇ ਕਹਿੰਦੇ ਉੱਧਰ ਪਾਸੇ ਰਿਪੋਰਟ ਆ, ਕਦੇ ਕਹਿੰਦੇ ਇੱਧਰ ਜਾਓ ਉੱਥੇ ਰਿਪੋਰਟ ਆ, ਅਸੀਂ ਪਰੇਸ਼ਾਨ ਹੋਏ ਤਾਂ ਜਿਹੜਾ ਹੁਣ ਸਵੇਰ ਦੇ ਅਸੀਂ ਬੈਠੇ ਹਜੇ ਤੱਕ ਬਾਰੀ ਨਹੀਂ ਆਈ ਸਾਡੀ, ਭੁੱਖੇ ਚਾਹ ਸ਼ੇਰ ਦੇ ਸਾਧਨ ਗਏ ਹੋਏ ਆ ਹੁਣ ਤੱਕ। ਹਾਂਜੀ, ਅਸੀਂ ਤਾਂ ਬੱਸ ਸਟੈਂਡ ਹੋਏ ਹਾਂ। ਠੀਕ ਹੈ, ਹਾਂਜੀ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਵੀ ਸਾਡੇ ਹੁਣ ਮਰੀਜ਼ ਨੂੰ ਦੇਖਿਆ ਜਾਵੇ, ਰਿਪੋਰਟ ਆਈ ਹੋਈ ਆ ਹਜੇ ਤੱਕ ਫਿਰ ਨਹੀਂ ਬਾਰੀ, ਕੋਈ ਸੁਣਵਾਈ ਨਹੀਂ ਹੁੰਦੀ ਇੱਥੇ, ਧੱਕੇ ਮਾਰਦੇ ਨੇ ਅਗਲੇ ਕਹਿੰਦੇ ਆ ਜਾਓ ਪਰੇ ਹੋ ਜਾਓ ਨਾ ਬੋਲਣ। ਜਿਹੜੀ ਨਵੀਂ ਸਰਕਾਰ ਬਣੀ ਆ ਭਗਵੰਤ ਮਾਨ ਵੀਰ ਦੀ ਸਾਡਾ ਹੀ ਸੁਣੇ, ਠੀਕ ਹੈ ਨਾ, ਆਮ ਆਦਮੀ ਲਈ ਬਣਿਆ ਉਹ ਸਾਡੀ ਸੁਣੇ, ਇਹੀ ਸਾਡਾ ਕਹਿਣਾ। ਉਹਨਾਂ ਨੂੰ ਦਿੱਕਤ ਨਹੀਂ ਜੀ ਦੱਸੀ ਅਸੀਂ ਕੋਈ, ਇਹੀ ਅਸੀਂ ਪ੍ਰੋਬਲਮ ਸਾਡੀ ਇਹੀ। ਹਾਂਜੀ ਅਸੀਂ ਦੱਸਣਾ ਚਾਹੁੰਦੇ ਹਾਂ ਭਰਾ, ਅਸੀਂ ਕਹਿੰਦੇ ਅਸੀਂ ਪਰੇਸ਼ਾਨ ਹਾਂ। ਸੁਧਾਰ ਹੋਣਾ ਚਾਹੀਦਾ,
मेरा बच्चा नहीं सुनता है, नहीं बोलता है, इसने साइकिल भी कट बनाया, मेरे बच्चे को 60% दे दिया। इसमें मैं बोला जी मेरे बच्चे को जो है पेंशन लागू नहीं हो रहा, नहीं रेलवे वाले उनको अपना पास बना रहे हैं हमारे, बोला जब तक 100% नहीं लाएंगे तब तक बच्चे के पास नहीं बनाएंगे, नहीं आपको पेंशन लागू होगा। फिर मेरे को परेशानी हो रहा है, अभी डॉक्टर्स बोले बोला जी नहीं हो सकता, एमएलए को मिलोगे? हाँ अभी मिल कर माए, वो भी बोला है कुछ नहीं कर, वो भी नहीं कुछ किया है, अभी अभी जवाब दिया है नहीं हो सकता, अब नहीं रहेगा। देश दुनिया दी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखने दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबर